ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਭ ਦਾ ਆਪਣੇ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਦੇ ਇਸ ਵੀਡੀਓ ਦੇ ਵਿੱਚ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਪੰਜਾਬ ਵੱਲੋਂ ਲੇਟੈਸਟ ਅਪਡੇਟ ਸ਼ੇਅਰ ਕਰਨ ਜਾ ਰਹੇ ਹਾਂ, ਜੋ ਕਿ 9th ਕਲਾਸ ਦੀ ਐਡਮਿਸ਼ਨ ਜੋ ਕਿ ਮੈਰੀਟੋਰੀਅਸ ਸਕੂਲ ਦੇ ਵਿੱਚ ਹੋ ਰਹੀ ਹੈ, ਉਸਦਾ ਜੋ ਕਾਉਂਸਲਿੰਗ ਸ਼ਡਿਊਲ ਆਫਿਸ਼ੀਅਲ ਵੈਬਸਾਈਟ 'ਤੇ ਉਸਦਾ ਜੋ ਲਿੰਕ ਹੈ ਅਪਲੋਡ ਕਰ ਦਿੱਤਾ ਗਿਆ ਹੈ। ਤੁਸੀਂ ਉਹ ਨੋਟੀਫਿਕੇਸ਼ਨ ਜੋ ਆਫਿਸ਼ੀਅਲ ਵੈਬਸਾਈਟ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ, ਜਿਸ ਦੇ ਵਿੱਚ ਹੈ ਕਿ ਮੈਰੀਟੋਰੀਅਸ ਸਕੂਲ ਤਲਵਾੜਾ ਵਿਖੇ ਜਮਾਤ 9th ਦੇ ਵਿੱਚ ਦਾਖਲੇ ਦੇ ਲਈ ਕਾਉਂਸਲਿੰਗ ਸੰਬੰਧੀ, ਜਿਸ ਦੇ ਵਿੱਚ ਦੱਸਿਆ ਕਿ ਮੈਰੀਟੋਰੀਅਸ ਸਕੂਲ ਤਲਵਾੜਾ ਵਿਖੇ ਕਲਾਸ 9th ਵਿੱਚ ਦਾਖਲੇ ਦੇ ਲਈ ਮਿਤੀ 29/5/2022 ਨੂੰ ਪ੍ਰਵੇਸ਼ ਪ੍ਰੀਖਿਆ ਕਰਵਾਈ ਗਈ ਸੀ, ਔਰ ਇਸ ਪ੍ਰੀਖਿਆ ਦੇ ਆਧਾਰ ਦੇ ਨਾਲ 29 ਮੈਰਿਟ ਲਿਸਟ ਤਿਆਰ ਕੀਤੀ ਗਈ ਹੈ। ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਕਾਉਂਸਲਿੰਗ ਮਿਤੀ ਜੋ ਕਿ 8 ਜੁਲਾਈ 2022 ਅਤੇ 9 ਜੁਲਾਈ 2022 ਨੂੰ ਮੈਰੀਟੋਰੀਅਸ ਸਕੂਲ ਤਲਵਾੜਾ ਵਿਖੇ ਸਵੇਰੇ 9 ਵਜੇ ਤੋਂ 5 ਵਜੇ ਤੱਕ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੈਰੀਟੋਰੀਅਸ ਸਕੂਲ ਦੇ ਵਿੱਚ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਮਿਤੀ 8 ਜੁਲਾਈ 2022 ਅਤੇ 9 ਜੁਲਾਈ 2022 ਨੂੰ ਆਪਣੇ ਦਸਤਾਵੇਜ਼ ਜਿਵੇਂ ਕਿ 8ਵੀਂ ਦਾ ਨਤੀਜਾ ਕਾਰਡ, BPL ਕਾਰਡ ਜੇਕਰ ਹੋਵੇ, ਅਤੇ ਪ੍ਰਵੇਸ਼ ਪ੍ਰੀਖਿਆ ਦਾ ਰੋਲ ਨੰਬਰ ਲੈ ਕੇ ਕਾਉਂਸਲਿੰਗ ਵਿੱਚ ਹਾਜ਼ਰ ਹੋਣਗੇ, ਔਰ ਇਹਨਾਂ ਮਿਤੀਆਂ ਨੂੰ ਜੇਕਰ ਲੜੀ ਦੇ ਵਿੱਚ 50 ਤੱਕ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਆਪਣੀ ਕਾਉਂਸਲਿੰਗ ਲਈ ਹਾਜ਼ਰ ਨਹੀਂ ਹੁੰਦੇ ਤਾਂ ਮੈਰਿਟ ਵਿੱਚ ਵੇਟਿੰਗ ਸੂਚੀ ਵਾਲੇ ਅਗਲੇ ਵਿਦਿਆਰਥੀ ਦਾਖਲੇ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਦਾਖਲਾ ਲੈ ਸਕਦੇ ਹਨ। ਔਰ ਇਹ ਤੁਸੀਂ ਦੇਖ ਸਕਦੇ ਹੋ ਮੈਰਿਟ ਲਿਸਟ ਹੈ, ਜਿਸ ਦੇ ਵਿੱਚ 1 ਤੋਂ ਲੈ ਕੇ 50 ਤੱਕ ਮੈਰਿਟ ਲਿਸਟ ਜੋ ਬੱਚਿਆਂ ਦੀ ਬਣਾਈ ਗਈ ਹੈ, ਕਿਉਂਕਿ ਤਲਵਾੜਾ ਸਕੂਲ ਦੇ ਵਿੱਚ ਓਨਲੀ ਫਾਰ ਗਰਲਸ ਦੇ ਵਾਸਤੇ ਇਹ ਸੀਟ ਹੈਗੀ ਹੈ 50 ਕਲਾਸ 9 ਦੇ ਵਾਸਤੇ, ਔਰ ਉਸ ਤੋਂ ਬਾਅਦ ਅਗਰ ਪਹਿਲੇ 50 ਜੋ ਸੀਰੀਅਲ ਨੰਬਰ ਹੈ ਉਹਨਾਂ ਵਿੱਚੋਂ ਅਗਰ ਕੋਈ ਸੀਟ ਖਾਲੀ ਰਹਿ ਜਾਂਦੀ ਹੈ, ਕੁਛ ਅਗਰ ਬੱਚੇ ਜੁਆਇਨ ਨਹੀਂ ਕਰਦੇ, ਤਾਂ ਜੋ ਨੈਕਸਟ 10 ਬੱਚਿਆਂ ਦੀ ਵੇਟਿੰਗ ਲਿਸਟ ਹੈ ਤਾਂ ਉਹ ਬੱਚਿਆਂ ਨੂੰ ਇੰਟੀਮੇਟ ਕਰ ਦਿੱਤਾ ਜਾਏਗਾ, ਔਰ ਉਹ ਬੱਚੇ ਆਪਣੀ ਕਾਉਂਸਲਿੰਗ ਜੋ ਹੈ ਅਟੈਂਡ ਕਰ ਸਕਣਗੇ। ਤਾਂ ਇਹ ਲੇਟੈਸਟ ਅਪਡੇਟ ਹੈ ਜੀ, ਕਾਫੀ ਦੇਰ ਤੋਂ ਅਸੀਂ ਵੇਟ ਕਰ ਰਹੇ ਸੀ ਮੈਰਿਟ ਲਿਸਟ ਦੀ, ਅੱਜ ਹੀ ਰਿਜ਼ਲਟ ਆਇਆ ਔਰ ਅੱਜ ਹੀ ਇਸਦੀ ਜੋ ਹੈ ਮੈਰਿਟ ਲਿਸਟ ਜੋ ਹੈ